ਹਾਂਜੀ ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਗੋਪੀ ਕੰਪਨੀ ਵੀਡੀਓ ਲਾਓ ਆਈ ਥਿੰਕ ਐਵੇਂ ਅਸੀਂ ਆਏ ਹਾਂ ਫਿਰ ਜੇਕਰ ਅਸੀਂ ਵਾਲ ਪੇਪਰ ਲਾਉਣ ਲੱਗੀਆਂ ਆਹ ਮੈਂ ਲਾਤਾ ਉੱਦਾਂ ਇੱਕ ਮਿੰਟ ਆਹ ਅਸੀਂ ਵਾਲ ਪੇਪਰ ਲਾਤਾ ਅਤੇ ਚੈੱਕ ਕਰੋ ਕਹਿਣ ਲੱਗਾ ਇੱਧਰ ਮੈਂ ਵਾਲ ਪੇਪਰ ਲਾਤਾ ਇੱਧਰ ਚੈੱਕ ਕਰ ਮੈਂ ਜਿਹੜਾ ਮੈਂ ਵਾਲ ਪੇਪਰ ਲਾਇਆ ਇੱਧਰ 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 ਸਾਰੇ ਲਾ ਤੇ ਬਸ ਇੰਨਾ ਹੀ ਇਹੋ ਹੀ ਉਹ ਤਾਂ ਹੈਗਾ ਰਾ ਆਹ ਮੁੱਕ ਗਿਆ ਵੇ ਵੇ ਨਵਾਂ ਸੱਸਾਂ ਪਾ ਲਓ ਫਿਰ ਲੱਗ ਗਏ ਵਧੀਆ ਹੋ ਗਿਆ ਬਣ ਕੇ ਘਰ ਵਾਲਾ ਮੁੰਡਾ ਪਿਆ ਹਾਂਜੀ ਗਾਇਸ ਤੇ ਆਪਾਂ ਹੁਣ ਚੱਲੇ ਹਾਂ ਸ਼ਹਿਰ ਮੈਂ ਤੇ ਭੇਜਿਆ ਤੇ ਭੇਜੇ ਲੈ ਜਾਣਾ ਆਪਾਂ ਪੈਂਟ ਕੋਟ ਤੇ ਹੋਰ ਹੀ ਥੋੜ੍ਹਾ ਬਹੁਤ ਨਿੱਕਾ ਮੋਟਾ ਸਮਾਨ ਅਤੇ ਮੇਰਾ ਇੱਕ ਕੰਮ ਆ ਬੜਾ ਜ਼ਰੂਰੀ ਉਹ ਤਾਂ ਪਹਿਲਾਂ ਕੰਮ ਕਰਨਾ ਖਾਨਾ ਅਤੇ ਵੇਖੀ ਹਾਂ ਕੀ ਕਰਦੇ ਕੀ ਨਹੀਂ ਦੇ ਸਾਢੇ ਚਾਰ ਹੋ ਚੱਲਿਆ ਹੋ ਹੀ ਗਏ ਆ ਸਮਝੋ ਅਤੇ ਆਪਾਂ ਹੁਣ ਚੱਲਦੇ ਹਾਂ ਫੋਨ ਮੈਂ ਕਰਦਾ ਭੇਜੇ ਨੂੰ ਪਤਾ ਨਹੀਂ ਆਉਣਾ ਨਹੀਂ ਮਨਪ੍ਰੀਤ ਨੂੰ ਪੁੱਛਿਆ ਮਨਪ੍ਰੀਤ ਨਾ ਹੈਗੇ ਕਿ ਨਹੀਂ ਹੈਗੇ ਨਾ ਚੱਲ ਓਕੇ ਬਾਬਾ ਜੀ ਟੇਕ ਕੇਅਰ ਮੰਮੀ ਭੇਜਣ ਫੋਨ ਕਰ ਲਾ ਆਉਂ ਆਇਆ ਨਹੀਂ ਹਾਲੇ ਆਈ ਡੋਂਟ ਕੇਅਰ ਟੱਕੂ ਪਿੰਡ ਕੋਲ ਦਾ ਕੱਪੜਾ ਲੈ ਕੇ ਆਈ ਵਧੀਆ ਤਰੀਕੇ ਹੁਣ ਆਪਾਂ ਪਤਲੀ ਘਰ ਬਾਈ ਆਪਣੀ ਸ਼ੋਪ ਕਿੱਥੇ ਆਇਓ ਮੇਰੇ ਉਸਤਾਦ ਕੋ ਤੇ ਭੇਜੀ ਉਹਨਾਂ ਦਾ ਪੈਂਟ ਕੋਟ ਇੱਥੇ ਪੈਂਟ ਕੋਟ ਨਾ ਦਿਖਾ ਦੀ ਪਹਿਲਾਂ ਹੀ ਨਹੀਂ 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 ਆਪਾਂ ਪਹੁੰਚ ਗਏ ਖਾਲਸਾ ਕਾਲਜ ਪੈਂਟ ਕੋਟ ਆਪਾਂ ਇਹ ਕਹ ਜਾਦੂ ਹੋ ਗਿਆ ਜਾਦੂ ਹੋ ਗਿਆ ਨਹੀਂ ਸਾਰੇ ਖੁਦ ਆਉਂਦੇ ਆ ਯੂ ਚੱਕ ਲੋ ਕੱਪੜੇ ਦੇਖੋ ਨਾ ਪਾਣੀ ਉਹ ਮਾੜੀ ਲੁੱਕ ਆਹ ਵੀਰ ਆਪਣੇ ਨਾਲ ਹੀ ਭਾਈ ਨੂੰ ਸ਼ੋਪ ਹੈ ਜੀ ਉੱਪਰ ਕੱਪੜੇ ਕੱਲ ਤੋਂ ਆਪਾਂ ਵੀ ਆਇਆ ਕਰਾਂਗੇ ਇੱਥੇ ਕੱਪੜੇ ਸ਼ੋਪ ਤੇ ਕਾਂਜੀ ਵਾਲੇ ਕਿ ਮਿੱਟੇ
ਚੁੱਪ ਕਰਕੇ ਖਾ ਲਾ ਮੁੜ ਕੇ ਦੱਸ ਖਾ ਲਾ ਗਲੋਪੇ ਜਾਨ ਮਿੱਠੀ ਲੱਗਦੀ ਹੋਰ ਨੀ ਕੁਝ ਹੋਰ ਨੀ ਕੁਝ ਲੱਗਦਾ ਵੇ ਹਾਂਜੀ ਹਾਂਜੀ ਗਾਈਜ਼ ਆਪਾਂ ਹੁਣ ਇਹ ਘਰ ਪਹੁੰਚੇ ਹਾਂ ਅਤੇ ਕੱਪੜੇ ਕੁਪੜੇ ਚੇਂਜ ਹੋ ਗਏ ਇੱਥੇ ਪੱਗ ਵੀ ਟਰਬਨ ਲਾ ਤੀ ਅਤੇ ਸ਼ਰਟ ਚੇਂਜ ਕਰ ਦਈਏ ਆਪਾਂ ਅਤੇ ਭੇਜੇ ਨੇ ਇੱਕ ਪੈਂਟ ਕੋਟ ਸਵਾਇਆ ਅਤੇ ਨਾਲ ਪੈਂਟ ਸ਼ਰਟ ਲਈ ਹੈ ਇੱਕ ਅਤੇ ਉੱਦਾਂ ਪਾਉਣ ਪਾਰਟੀ ਵੇਅਰ 'ਤੇ ਜਿਹੜਾ ਹੋਰ ਜਿਹੜੀਆਂ ਕਾਫੀ ਕੁਝ ਚੀਜ਼ਾਂ ਲਈਆਂ ਮੈਂ ਵੀ ਚੀਜ਼ਾਂ ਲਈਆਂ ਅਤੇ ਇੰਜੋਏ ਵੀ ਕੀਤਾ ਗੋਲਗੱਪੇ ਵੀ ਖਾਧੇ ਆ ਬੜਾ ਇੰਜੋਏ ਆਇਆ ਅਤੇ ਨਾਲੇ ਉਹਨਾਂ ਘਰ ਵਾਲਪੇਪਰ ਲਾਇਆ ਮੈਂ ਅੱਜ ਅਤੇ ਖੁਦ ਤੁਸੀਂ ਸ਼ਾਇਦ ਵੇਖਿਆ ਵਲੌਗ 'ਚ ਅਤੇ ਇੱਦਾਂ ਹੀ ਫਿਰ ਤੁਹਾਨੂੰ ਪਤਾ ਚੱਲਦਾ ਹੀ ਰਹਿੰਦਾ ਹਾਂਜੀ ਬਾਈ ਮੈਂ ਪਹਿਲਾਂ ਇੱਕ ਆਹ ਸੂਟ ਆ ਇਹ ਦੋ ਸੂਟ ਹੋਰ ਪਏ ਆ ਇੱਕ ਸੂਟ ਹੋਰ ਸੌਣ ਦਾ ਦੋ ਇੱਕ ਸੂਟ ਸੀਂਦਾ ਅਤੇ ਦੋ ਸੂਟ ਹੋਰ ਸੀਣ ਵੀ ਇੱਕ ਸੂਟ ਘਰ ਪਿਆ ਆਪਾਂ 15 ਦਿਨ ਓਕੇ ਆ ਮੌਸਮ ਚੈੱਕ ਕਰੋ ਆ ਬੱਦਲ ਹੈ ਕੜਾਕੇਦਾਰ ਹੋਇਆ ਪਿਆ ਵਧੀਆ ਜਿਹਾ ਹੋਇਆ ਪਿਆ ਮੌਸਮ ਠੰਡਾ ਆ ਅਤੇ ਆਪਾਂ ਹੁਣ ਭੇਜੀਏ ਫਿਰ ਥੋੜ੍ਹਾ ਜਿਹਾ ਪੇਂਟ ਮਾਰਨਾ ਪੈਣਾ ਆਪਾਂ ਉੱਥੇ ਚੱਲੇ ਹਾਂ ਹਾਂ ਜੀ ਕੇ ਸੂਟ ਫਿਰ ਤੁਹਾਨੂੰ ਮਿਲਦੇ ਹਾਂ ਥੋੜ੍ਹਾ ਜਿਹਾ ਠਹਿਰ ਕੇ ਆ ਜਾਓ ਗਾਈਸ ਆਪਾਂ ਭੇਜੇ ਘਰ ਪਹੁੰਚ ਗਏ ਹਾਂ ਅਤੇ ਪੇਂਟ ਪੂਣ ਕਰੀਏ ਥੋੜ੍ਹਾ ਪਤਾ ਕੰਮ ਕਰਨ ਵਾਲਾ ਉਹ ਆਪ ਤਾਂ ਹੈ ਨਹੀਂ ਆ ਭੇਜਿਆ ਅਤੇ ਮੈਨੂੰ ਕਰਨਾ ਪੈਣਾ ਚਲੋ ਜਿਹੜਾ ਜਿਹੜਾ ਤੂੰ ਆਖਣਾ ਮੈਂ ਕਰਤਾ ਜੀ ਠੀਕ ਆ ਜਿਹੜਾ ਮੈਂ ਟੱਚ ਪੇਂਟ ਸਾਰਾ ਕਰਤਾ ਇਹਨਾਂ ਭੇਜਿਆ ਹੋਣਾ ਆ ਇਹ ਨਿਕਲ ਜਾਣੀ ਸੇਵ ਪਾਉਂਦੇ ਆ ਕਿਣੀਆਂ ਨੇ ਲਿਆ ਏ ਹਾਂਜੀ ਗਾਇਸ ਅਤੇ ਆਪਾਂ ਚੱਲੇ ਹਾਂ ਮੈਂ ਸੋਰੀ ਮੈਂ ਇਕੱਲਾ ਚੱਲਿਆ ਛਿਆੜੇ ਜੀ ਥੋੜ੍ਹਾ ਕੰਮ ਆ ਅਤੇ ਨਾਲ ਕੁਛ ਖਾਣ ਪੀਣ ਲੈ ਗਈ ਆ ਨਵਾਂ ਦੀ ਭੁੱਖ ਲੱਗਦੀ ਰੋਟੀ ਖਾ ਕੇ ਰੋਟੀ ਨੂੰ ਦਿਨ ਬੜਾ ਫਿਰ ਇੰਨੀ ਮੋਟੀ ਖਾ ਖੂ ਕੇ ਅੱਖ ਗਈ ਚਟਪਟ ਆ ਗਿਆ ਲੈ ਬੱਲੇ ਚੱਲਦੇ ਮੈਂ ਇਕੱਲਾ ਹੀ ਆਲੂ ਫਿਰ ਗਾਈਸ ਚੱਲਦੇ ਆਪਾਂ ਲੈਣੇ ਆ ਬਰਗਰ ਦੋ ਅਤੇ ਵਧੀਆ ਜਿਹਾ ਹੈ ਭਾਈ ਨੇ ਕਰਦੇ ਨੂੰ ਚੱਪ ਸਾਰਾ ਸਮਾਨ ਹੁੰਦਾ ਹੈ ਭਾਅ ਜੀ ਧਿਆਨ ਜੀ ਕਰ ਦਿਓ ਠੀਕ ਆ ਬਰਗਰ ਲੇਕਿਨ ਬਾਕੀ ਵੀ ਇੱਕ ਦੋ ਸਾਡੇ ਕੋਲ ਜਿਹੜੇ ਕਸਟਮਰ ਆ ਰਹੇ ਆ ਉਹਨਾਂ ਨੂੰ ਵੀ ਬਹੁਤ ਵਧੀਆ ਇੱਕ ਮੇਰੇ ਹਾਂਜੀ ਗਾਇਸ ਅਤੇ ਆਪਾਂ ਨੇ ਤੇ ਦੋ ਬਰਗਰ ਮੰਮਾ ਨੇ ਖਾਣਾ ਨੇ ਮੰਮਾ ਇੱਥੇ ਮਾਤਾ ਮੇਰੀ ਖਾਣ ਦੀ ਹੈ ਖਾਲਾ ਅੱਧਾ ਪੇ ਬਰਗਰ ਤੇ ਖਾਲਾ ਹਾਂ ਵੀ ਮਾਤਾ ਮੇਰੀ ਖਾਣ ਗਈ ਹੈ ਹਾਂ ਵੀ ਇੱਧਰ ਵੀ ਖਾਂਦੀ ਵੇ
ਖਾਲਾ ਖਾਲਾ ਇਹ ਟੀ ਵੀ ਵੇਖਣ ਦੀ ਹੈ ਨਜ਼ਾਰੇ ਨਾ। ਹਾਂਜੀ ਗਾਈ, ਅਤੇ ਆਪਾਂ ਹੁਣ ਮੈਗੀ ਖਾਣ ਲੱਗੇ ਹਾਂ, ਬਚ ਗਏ ਸਾਡੇ ਨੂੰ ਆਪਾਂ 7:30 ਵਜੇ ਪੇਪਰ ਕਰਦਾ, ਅਤੇ ਹੁਣ ਆਪਾਂ ਖਾਣ ਲੱਗੇ ਹਾਂ ਵੀ ਮੈਗੀ, ਅਤੇ ਮੰਮਾ ਨੇ ਸਬਜ਼ੀ ਭਰਨ ਲਈ ਕੜੀ ਤਿਆਰ ਕੀਤੀ ਆ, ਉਹ ਸ਼ਿਮਲਾ ਮਿਰਚ ਨਾਲੇ ਆਲੂ ਜਾਂ ਬਾਤ, ਮਜ਼ਾ ਹੀ ਆ ਗਿਆ ਖਾਣ ਦਾ। ਹੁਣ ਖਾਂਦੇ ਆਪਾਂ ਮੈਗੀ ਨਾਲ, ਭੁੱਖ ਬੜੀ ਲੱਗੀ ਨਹੀਂ ਬਹੁਤ ਜ਼ਿਆਦਾ, ਭੇਜੇ ਕਰ ਪਿੰਡ ਵੀ ਕੀਤਾ ਅਤੇ ਭੇਜਣੇ ਹੁਣ ਆਉਣਾ ਸੈਰ ਕੇ, ਅਤੇ ਆਪਾਂ ਹੁਣ ਅੱਜ ਭੇਜੇ ਕਰ ਥੋੜ੍ਹਾ ਜਿਹਾ ਵਲ ਪਲਾਉਣ ਲਾਉਣ ਵਾਲਾ ਉਹ ਲਾ ਕੇ ਅਤੇ ਆਪਾਂ ਫਿਰ ਖਾਣਾ ਖਾਂਦੇ ਹਾਂ। ਅਤੇ ਮੇਰਾ ਪੁੱਤ ਇੱਧਰ ਰੱਖੋ, ਲੈ ਪੀ ਮਿੱਤਰੋ, ਆਪਾਂ ਹੁਣ ਚਾਦਾ ਖਾਣ ਲੱਗੇ ਮੈਂ ਤੇ। ਜੀ ਜੀ ਜੇ ਤੁਹਾਨੂੰ ਅੱਜ ਸਾਡਾ ਵਲੋਗ ਵਧੀਆ ਲੱਗਾ ਹੋਇਆ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ, ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ। ਤੇ ਵਲੋਗ ਦਾ ਅੱਜ ਐਂਡ ਮੈਂ ਤਾਂ ਲੱਗੀ ਹਾਂ ਕਰਨ, ਕਿਉਂਕਿ ਨਾ ਗੋਪੀ ਥੋੜ੍ਹਾ ਜਿਹਾ ਬਿਜ਼ੀ ਆ, ਘਰੇ ਗੈਸਟ ਆਇਆ ਅਤੇ ਵਲੋਗ ਵੀ ਪਾਉਣਾ ਸੀਗਾ, ਅਤੇ ਤਦ ਕਰਕੇ ਉਹ ਮੈਨੂੰ ਕਹਿੰਦੇ ਕਿ ਚੱਲ ਤੂੰ ਅੱਜ ਐਂਡ ਕਰਦੀ, ਮੈਂ ਐਡਿਟ ਕਰਦੀ ਪਈ ਸੀ। ਅਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ, ਮਿਲਦੇ ਵੀ ਤੁਹਾਨੂੰ ਨੈਕਸਟ ਵਲੋਗ ਦੇ ਵਿੱਚ।